ਜਿਸ ਕੇ ਸ੍ਰੀ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ। ਬੋਲ ਨ ਜਾਣੈ ਬੋਲ ਨ ਜਾਣੈ ਮਾਇਆ ਮਦ ਮਾਤਾ ਮਰਨ ਤੀਤ ਨ ਆਵੈ ਮੇਰੇ ਰਾਮ ਰਾਏ। ਤੂੰ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਕੋ ਭਾਉ ਕਿਛ ਨਾਹੀਂ। ਜਬ ਨਹੀਂ ਆਵੇ ਨੇਰੇ ਤੂੰ ਸੰਤਾ ਕਾ ਸੰਤ ਤੇਰੇ ਸੇਵਕ ਕੋ ਭਾਉ ਕਿਛ ਨਾਹੀਂ। ਜਮ ਨਹੀਂ ਆਵੇ ਨੇਰੇ ਸੁਣਿਓ ਮੇਰੇ ਮੀਤਾ ਮੈਂ ਮਸਾ ਦੁਆਂ ਦੀ ਸੰਗ ਦੇ ਸੁਣਿਓ ਮੇਰੇ ਮੀਤਾ ਮੈਂ ਮਸਾ ਦੁਆਂ ਦੇ ਸੰਗ ਵੀ ਸੁਣਿਓ ਮੇਰੇ ਮੀਤਾ ਮੈਂ ਮਾਸਾ ਦੁਆਂ ਦੇ ਸੰਗ ਦੀ ਸੁਣਿਓ ਮੇਰੇ ਮੀਤਾ ਮੈਂ ਮਾਸਾ ਦੁਆਂ ਦੇ ਸੰਗ ਦੀ ਸੁਣਿਓ ਮੇਰੇ ਮੀਤਾ ਮਹਿਮਾ ਸਾਧੂਆਂ ਦੇ ਸੰਗ ਨੀ ਸੁਣਿਓ ਮੇਰੇ ਮੀਤਾ ਮਹਿਮਾ ਸਾਧੂਆਂ ਦੇ ਸੰਗ ਦੀ ਸੁਣਿਓ ਮੇਰੇ ਮੀਤਾ ਮਹਿਮਾ ਸਾਧੂਆਂ ਦੇ ਸੰਗ ਦੀ ਸੁਣਿਓ ਮੇਰੇ ਮੀਤਾ ਮਹਿਮਾ ਸਾਧੂਆਂ ਦੇ ਸੰਗ ਦੀ 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 ਸਾਧੂਆਂ ਦੇ ਸੰਗ ਸਾਧੂਆਂ ਦੇ ਸੰਗ ਦੀ 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 ਸਾਧੂਆਂ ਦੇ ਸੰਗ ਦੀ
ਸੁਣਿਓ ਮੇਰੇ ਮਿੱਤਾ ਮਹਿਮਾ ਸਾਧੂਆਂ ਦੇ ਸੰਗ ਦੀ ਸੁਣਿਓ ਮੇਰੇ ਮਿੱਤਾ ਮਹਿਮਾ ਸਾਧੂਆਂ ਦੇ ਸੰਗ ਦੀ ਸੁਣਿਓ ਮੇਰੇ ਮਿੱਤਾ ਮਹਿਮਾ ਸਾਧੂਆਂ ਦੇ ਸੰਗ ਦੀ ਸੁਣਿਓ ਮੇਰੇ ਮਿੱਤਾ ਮਹਿਮਾ ਸਾਧੂਆਂ ਦੇ ਸੰਗ ਦੀ ਪਿੰਗਲ ਪਰਬਤ ਪਾਰ ਪਰੇ ਵਾਹ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਗੀਤਾ ਵਾਹ ਅੰਦਲੇ ਤ੍ਰਿਪਾਵਨ ਸੁਝਿਆ ਗੁਰ ਭੇਟ ਪੁਨੀਤਾ ਮਹਿਮਾ ਸਾਧੂ ਸੰਗ ਕੇ ਸੁਣੋ ਮੇਰੇ ਮੀਤਾ ਮੈਲ ਖੋਈ ਕੋਟ ਅੱਗ ਹਰੇ ਨਿਰਮਲ ਭਏ ਚੀਤਾ ਵਾਹਿਗੁਰੂ 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 ਵਾਹਿਗੁਰੂ।
ਪਰਮ ਸਤਿਕਾਰ ਜੋ ਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਵ ਜੀਆਂ ਕਾ ਦਾਤਾ ਰੇ ਕਰੋੜਾਂ ਬ੍ਰਹਿਮੰਡਾਂ ਦੇ ਮਾਲਕ ਉਪਮਾ ਸਰੂਪ ਕਿਰਪਾਲੂ ਦਿਆਲੂ ਅੰਤਰਜਾਮੀ ਕਰਣਾ ਦਾਨ ਦਿਆ ਦੇ ਸਾਗਰ ਰੂਹਾਨੀਅਤ ਦੇ ਮੁਜਸਮੇ ਸਮੁੱਚੀ ਮਾਨਤਾ ਦੇ ਰਹਿਵਰ ਦਸਾਂ ਪਾਤਸ਼ਾਹੀ ਜਗਦੀ ਜੋਤ ਗੁਰਤਾ ਗੱਦੀ ਤੇ ਵਿਰਾਜਮਾਨ ਸ਼ਾਹੇ ਸ਼ਹਿਨਸ਼ਾਹ ਰਾਜਨ ਰਾਜ ਪਾਨਣ ਪਾਣ ਦੇ ਵਣਦੇਵ ਉਪਮਾ ਮਹਾਨ ਕਿਰਪਾਲੂ ਦਿਆਲੂ ਅੰਤਰਜਾਮੀ ਦਸਾਂ ਪਾਤ ਜਗਦੀ ਜੋਤ ਗੁਰਤਾ ਗੱਦੀ ਤੇ ਵਿਰਾਜਮਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਪਾਰ ਰਹਿਮਤ ਕਿਰਪਾ ਦਾ ਸਦਕਾ ਮਹਾਨ ਸ਼ਹੀਦਾਂ ਦੀ ਕਿਰਪਾ ਦਾ ਸਦਕਾ ਪਿੰਨੀ ਰਨੜੀਏ ਚਾ ਮੱਕਣ ਤਾਰੇ ਜਾਗੈ ਸੰਤ ਜਨਾ ਮੇਰੇ ਰਾਮ ਪਿਆਰੇ ਦੇ ਮਹਾਂਵਾਕਾਂ ਅਨੁਸਾਰ ਅੰਮ੍ਰਿਤ ਵੇਲ ਤੋਂ ਲੈ ਕਰਕੇ ਭਾਈ ਆਪਣੀ ਨੀਂਦਰਾਂ ਦਾ ਤਿਆਗ ਕਰਦਿਆਂ ਹੋਇਆ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਸੇਵਾ ਸਿਮਰਨ ਬਾਣੀ ਦੇ ਲਾਹੇ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸਮੇਂ ਨੂੰ ਅਤੇ ਸਵਾਸਾਂ ਨੂੰ ਸਫਲੇ ਬਣਾ ਰਹੇ ਹੋ ਵਡਭਾਗੀ ਹੋ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਦੇ ਮਹਾਂਵਾਕਾਂ ਅਨੁਸਾਰ ਆਓ ਜਿੰਨਾ ਸਮਾਂ ਬਾਕੀ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹਨ ਸਾਰੇ ਰਲ ਮਿਲ ਕੇ ਆਪਾਂ ਭਾਈ ਗੁਰੂ ਸ਼ਬਦ ਦੀ ਵਿਚਾਰ ਨਾਲ ਇਤਿਹਾਸ ਦੀ ਵਿਚਾਰ ਨਾਲ ਜੁੜਨਾ ਕਰੀਏ। ਪਾਤਸ਼ਾਹ ਜੀ ਪੰਚਮ ਪਾਤਸ਼ਾਹ ਬਿਲਾਵਲ ਰਾਗ ਦੇ ਵਿੱਚ ਫਰਮਾਨ ਕਰਦੇ ਹਨ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਗੀਤਾ ਪਿੰਗਲ ਭਾਵ ਜਿਹੜਾ ਲੰਗੜਾ ਲੂੰਝਾ ਹੋਵੇ ਤੁਰ ਨਾ ਸਕਦਾ ਹੋਵੇ ਪਿੰਗਲ ਪਿੰਗਲੇ ਨੂੰ ਵੀ ਕਿਹਾ ਜਾਂਦਾ ਹੈ ਅਤੇ ਜਦੋਂ ਉਹ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਹੁੰਦਾ ਹੈ ਦਸਮ ਪਾਤਸ਼ਾਹ ਵੀ ਕਹਿੰਦੇ ਨੇ ਭਾਈ ਮੂਕ ਉਚਰੈ ਸ਼ਾਸਤਰ ਘਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਅੰਧ ਅੰਨੇ ਨੂੰ ਕਹਿੰਦੇ ਨੇ ਅੰਧ ਲਖੈ ਬਦਰੋ ਬਦਰੋ ਕਹਿੰਦੇ ਜਿਹਨੂੰ ਸੁਣਦਾ ਨਾ ਹੋਵੇ ਪਾਤਸ਼ਾਹ ਕਹਿੰਦੇ ਨੇ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਫਿਰ ਮਹਾਰਾਜ ਕਹਿੰਦੇ ਭਾਈ ਜਿਹਨੂੰ ਦਿਖਦਾ ਨਾ ਹੋਵੇ ਸੁਣਦਾ ਨਾ ਹੋਵੇ ਬੋਲ ਨਾ ਸਕਦਾ ਹੋਵੇ ਲੰਗੜਾ ਲੂੰਝਾ ਹੋਵੇ ਅਤੇ ਮਹਾਰਾਜ ਜਦੋਂ ਕਿਰਪਾ ਹੋ ਗਈ ਅਕਾਲ ਪੁਰਖ ਵਾਹਿਗੁਰੂ ਜੀ ਕਹਿੰਦੇ ਫਿਰ ਉਹ ਵੀ ਭਾਈ ਦੇਖ ਵੀ ਸਕਦਾ ਹੈ ਬੋਲ ਵੀ ਸਕਦਾ ਹੈ ਤੁਰ ਵੀ ਸਕਦਾ ਹੈ ਜਿਵੇਂ ਸਾਖੀ ਰਜਨੀ ਦੀ ਆਪਾਂ ਸਰਵਣ ਕਰਦੇ ਹੁੰਦੇ ਹਾਂ ਭਾਈ ਅਤੇ ਕੋੜੀ ਨਾਲ ਵਿਆਹੁਣਾ ਕੀਤਾ ਸੀ ਉਹਦੇ ਪਿਤਾ ਜੀ ਨੇ ਰਬੀਬੀ ਰਾਜਨੀ ਨੂੰ ਪਰ ਗੁਰੂ ਸਾਹਿਬ ਦੇ ਅਕਾਲ ਪੁਰਖ ਵਾਹਿਗੁਰੂ ਦੇ ਵਿਸ਼ਵਾਸ ਪਰਮਾਤਮਾ ਦੇ ਵਿਸ਼ਵਾਸ ਮੈਨੂੰ ਰੋਜ਼ੀ ਦੇਣ ਵਾਲਾ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਹੈ ਪਿਤਾ ਜੀ ਤੁਸੀਂ ਹੰਕਾਰ ਨਾ ਕਰੋ ਵੀ ਮੈਂ ਤੁਹਾਨੂੰ ਰੋਜ਼ੀ ਦੇ ਰਿਹਾ ਹਾਂ ਹੁਣ ਇੱਥੇ ਪਾਤਸ਼ਾਹ ਕਹਿੰਦੇ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਗੀਤਾ ਅਤੇ ਕਹਿੰਦੇ ਪਰਬਤ ਕਹਿੰਦੇ ਨੇ ਭਾਈ ਪਹਾੜ ਨੂੰ ਪਿੰਗਲਾ ਪਹਾੜ 'ਤੇ ਚੜ੍ਹ ਜਾਂਦਾ ਜਦੋਂ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਕਰਦੇ ਪਾਰ ਪਰੇ ਉਹਨੂੰ ਪਾਰ ਕਰ ਸਕਦਾ ਹੈ ਖਲ ਚਤਰ ਵਗੀਤਾ ਖਲ ਕਹਿੰਦੇ ਤਾਂ ਵੀ ਅੰਧਾ ਮੂਰਖ ਹੋਵੇ ਜਿਹਨੂੰ ਕੋਈ ਗਿਆਨ ਨਾ ਹੋਵੇ ਖਲ ਉਹਨੂੰ ਕਹਿੰਦੇ ਨੇ ਮਹਾਰਾਜ ਕਹਿੰਦੇ ਚਤਰ ਵਗੀਤਾ ਉਹਨੂੰ ਕਹਿੰਦੇ ਚਤਰ ਬਣਾ ਦਿੰਦੇ ਨੇ ਮਹਾਰਾਜ ਜਦੋਂ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਹੋ ਜਾਵੇਗਾ ਗੁਰੂ ਦੀ ਕਿਰਪਾ ਨਾਲ ਮਾਨੋ ਜਿਹੜੇ ਲੰਗੜੇ ਲੂੰਝੇ ਹਨ
ਮਨੁੱਖ ਪਹਾੜਾਂ ਤੋਂ ਪਾਰ ਲੰਘ ਜਾਂਦੇ ਹਨ। ਹੁਣ ਇੱਥੇ ਇਕੱਲੀ ਪਹਾੜੀ ਦੀ ਗੱਲ ਹੀ ਨਹੀਂ ਕਰੀ ਹੈ, ਇੱਥੇ ਪਹਾੜਾਂ ਦੀ ਗੱਲ ਅੰਤਰੀ ਪਰਤ ਕਰ ਲਈ। ਜੇ ਆਪਾਂ ਜਿਹੜੇ ਵੱਡੇ ਵੱਡੇ ਸਾਡੇ ਅੱਗੇ ਪਹਾੜ ਆਉਂਦੇ ਨੇ ਭਾਈ, ਦੁੱਖਾਂ ਦੇ, ਰੋਗਾਂ ਦੇ, ਜਾਂ ਸਮਾਜਿਕ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਣਾਉਂਦੇ ਨੇ, ਉਹ ਇੱਕ ਪਹਾੜੇ ਹਨ ਸਾਡੇ ਲਈ। ਪਰ ਜਦੋਂ ਗੁਰੂ 'ਤੇ ਵਿਸ਼ਵਾਸ ਹੋਵੇਗਾ, ਅਕਾਲ ਪੁਰਖ ਵਾਹਿਗੁਰੂ ਜੀ 'ਤੇ, ਫਿਰ ਉਹ ਸਾਰੇ ਪਾਰ ਭਰ ਜਾਂਦਾ ਬੰਦਾ ਭਾਈ। ਝੱਖੜ ਝਾਂਗੀ ਮੀਂਹ ਹੋ ਵਰਸੈ, ਭੀ ਗੁਰ ਦੇਖਣ ਜਾਈ, ਸਮੁੰਦਰ ਸਾਗਰ ਹੋਵੇ ਵਾ ਉਹ ਖਾਰਾ, ਗੁਰਸਿੱਖ ਲੰਘ ਗੁਰ ਪਹਿ ਜਾਈ। ਇਹ ਸਾਰੇ ਸੰਸਾਰ ਦੇ ਵਿੱਚ ਸਮੁੰਦਰ ਵਗਦੇ ਨੇ, ਪਹਾੜ ਆਉਂਦੇ ਨੇ, ਸਾਨੂੰ ਰੁਕਾਵਟਾਂ ਪੈਂਦੀਆਂ ਨੇ, ਉਹ ਸਾਰੇ ਬੰਦਾ ਪਾਰ ਕਰ ਜਾਂਦਾ ਭਾਈ। ਮਨੁੱਖ ਸਿਆਣੇ ਵਖਿਆਨ ਕਰ ਦਿੰਦਾ ਜਦੋਂ ਅਕਾਲ ਪੁਰਖ ਬਾਜੀ ਕਿਰਪਾ ਕਰਦੇ ਨੇ, ਕਹਿੰਦੇ ਅੰਦਲੇ ਤਰਭਾਵਣ ਸੂਝਿਆ ਗੁਰ ਭੇਟ ਪੁਨੀਤਾ। ਅੰਦਲੇ ਤਰਭਾਵਣ, ਅੰਦਲੇ ਅੰਨੇ ਬੰਦੇ ਨੂੰ ਤਿੰਨੇ ਤਿੰਨੇ ਭਵਣਾਂ ਦੀ ਸੋਝੀ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਭਾਈ ਜਦੋਂ ਗੁਰ ਭੇਟ ਪੁਨੀਤਾ, ਗੁਰੂ ਅਕਾਲ ਪੁਰਖ ਵਾਹਿਗੁਰੂ ਸਨਮੁਖ ਬੈਠੇ ਹਾਂ ਜਿੱਥੇ ਆਪਾਂ, ਭੇਟ ਦਾ ਮਤਲਬ ਮਿਲ ਜਾਣਾ, ਅਤੇ ਪੁਨੀਤਾ ਕਹਿੰਦੇ ਨੇ ਪਵਿੱਤਰ ਹੋ ਜਾਣਾ। ਇਸ ਜਗ੍ਹਾ 'ਤੇ ਜਦੋਂ ਬੈਠਾਂਗੇ, ਆ ਕੇ ਅੰਦਰੋਂ ਜੁੜ ਕੇ ਬੈਠਾਂਗੇ ਨਾ, ਮਹਾਰਾਜ ਕਹਿੰਦੇ ਤਿੰਨੇ ਭਵਨ ਦੀ ਸੋਝੀ ਹੋਵੇ। ਇੱਥੇ ਕੋਈ ਪੜ੍ਹਿਆ ਲਿਖਿਆ ਦੀ ਗੱਲ ਨਹੀਂ ਹੈ ਵੀ ਜ਼ਿਆਦਾ ਪੜ੍ਹਿਆ ਹੋਇਆ ਹੋਵੇ ਬੰਦਾ ਭਾਈ। ਮਹਾਰਾਜ ਨੇ ਪੜ੍ਹੇ ਲਿਖਿਆ ਨੂੰ ਵੀ ਅਹੁਦਾ ਦਿੱਤਾ ਹੈ, ਪੜ੍ਹਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰ ਆ, ਉਹਨਾਂ ਨੂੰ ਮੂਰਖ ਵੀ ਕਹਿਤਾ ਮਹਾਰਾਜ ਨੇ, ਕਦੇ ਅਹੰਕਾਰ ਕਰ ਲੈਂਦੇ ਮੈਂ ਬੜੀ ਬਾਣੀ ਪੜ੍ਹਦਾ ਅਤੇ ਮੈਂ ਬੜਾ ਵਿਦਵਾਨ ਹਾਂ ਅਤੇ ਮੈਨੂੰ ਬੜੀ ਸੋਝੀ ਹੈ ਸੰਸਾਰ ਦੀ, ਮੈਂ ਬੜੇ ਗ੍ਰੰਥ ਪੜ੍ਹੇ ਨੇ। ਪਰ ਮਹਾਰਾਜ ਕਹਿੰਦੇ ਮੂਰਖ ਆ ਉਹ ਜਿਸ ਲੱਭ ਲੋਭ ਅਹੰਕਾਰ ਆ, ਜਿਹੜਾ ਬੰਦਾ ਕਹੇ ਵੀ ਮੈਂ ਇੰਨੀਆਂ ਬਾਣੀਆਂ ਪੜ੍ਹਤੀਆਂ, ਮੈਂ ਇੰਨੇ ਗ੍ਰੰਥ ਪੜ੍ਹਤੇ, ਮੈਂ ਇੰਨੀਆਂ ਯਾਤਰਾਵਾਂ ਕਰ ਲਈਆਂ, ਜਾਂ ਮੈਂ ਇੰਨਾ ਕੀਰਤਨ ਕਰਦਾ, ਮੈਂ ਸੋਹਣਾ ਕੀਰਤਨ ਕਰਦਾ, ਜਾਂ ਮੈਂ ਸੰਗਤ ਵਿੱਚ ਆਉਣਾ, ਜਾਂ ਮੈਂ ਸੇਵਾ ਕਰਦਾ, ਇਹ ਸਾਰੀ ਕੁਝ ਆ ਜਾਂਦਾ ਭਾਈ। ਫਿਰ ਮਹਾਰਾਜ ਕਹਿੰਦੇ ਉਹ ਭਾਈ ਮੂਰਖ ਨੇ ਮਹਾਰਾਜ ਕਹਿੰਦੇ, ਪਰ ਜੇ ਤੂੰ ਅੰਦਰੋਂ ਜੁੜ ਕੇ ਪਰਮਾਤਮਾ ਦੀ ਸਜੂਰੀ ਵਿੱਚ ਬੈਠੇਗਾ, ਅੰਦਲੇ ਤਰਭਾਵਣ ਸੂਝਿਆ ਗੁਰ ਭੇਟ ਪੁਨੀਤਾ, ਜਦੋਂ ਤੂੰ ਗੁਰੂ ਨੂੰ ਮਿਲ ਜਾਵੇਂਗਾ, ਰੱਬ ਦੇ ਪਿਆਰੇ ਨੂੰ ਮਿਲ ਜਾਵੇਂਗਾ, ਜਿਨ੍ਹਾਂ ਦਸੰਦਰਿਆਂ ਦੁੜਮਤ ਬੰਝਾ, ਮਿੱਤਰ ਸਾਡੇ ਸਹੀ ਹਉ ਢੁੰਡੀਂਦੀ ਜੱਗ ਸਵਾਇਆ, ਜਨ ਨਾਨਕ ਵੇਲੇ ਕਹੀ ਜਿਨ੍ਹਾਂ ਦਸੰਦੜਿਆਂ ਦੁਰਮਤ ਬੰਜ, ਮਿੱਤਰ ਸਾਡੜੇ ਸੇਈ, ਜਿਨ੍ਹਾਂ ਦਸੰਦੜਿਆਂ ਦੁਰਮਤ ਬੰਜ, ਮਿੱਤਰ ਸਾਡੜੇ ਸੇਈ, ਜਿਨ੍ਹਾਂ ਦਸੰਦੜਿਆ ਦੁਰਮਤ ਬੰਜੈ, ਮਿੱਤਰ ਸਾਡੜੇ ਸੇਈ, ਜਿਨ੍ਹਾਂ ਦਸੰਦੜਿਆ ਦੁਰਮਤ ਬੰਜੈ, ਮਿੱਤਰ ਸਾਡੜੇ ਸੇਈ, ਮਤ ਬੰਜ ਮਿੱਤਰ ਸਾਡੜੇ। ਜਿਨ੍ਹਾਂ
ਸੰਦ ਸੰਦੜਿਆ ਦੁਰ ਮਤ ਵੰਦ ਮਿੱਤਰ ਸਾਡੜੇ ਦੁਰਮਤ ਵੰਜੈ ਨਿਤ ਵੀ ਸਾਡੜੇ ਸੇਈ ਜਿਨਾਂ ਸੰਦੜਿਆ ਦੁਰਮਤ ਵੰਜੈ ਨਿਤ ਵੀ ਸਾਡੜੇ ਸੇਈ ਮਿੱਤਰ ਸਾਡੜੇ ਸੇਈ ਮਿੱਤਰ ਸਾਡੜੇ ਸੇਈ ਮਿੱਤਰ ਸਾਡੜੇ ਸੇਈ ਮਿੱਤਰ ਸਾਡੜੇ ਸੇ ਮਿੱਤਰ ਸਾਡੜੇ ਸੇਈ ਮਿੱਤਰ ਸਾਡੜੇ ਸੇਈ ਮਿੱਤਰ ਸਾਡੜੇ ਸੇਈ ਮਿੱਤਰ ਸਾਡੜੇ ਸੇਈ ਜਿਨਾਂ ਸੰਦੜਿਆ ਦੁਨ ਮਤ ਬੰਦ ਮਿੱਤਰ ਸਾਡੜੇ ਸੇਈ ਜਿਨਾਂ ਸੰਦੜਿਆ ਦੁਨ ਮਤ ਬੰਦ ਮਿੱਤਰ ਸਾਡੜੇ ਸੇਈ ਨਾਂਦ ਸੰਦੜਿਆ ਦੁਰਮਤ ਵੰਜੈ ਮਿੱਤਰ ਸਾਡੜੇ ਸੇਈ ਨਾਂਦ ਸੰਦੜਿਆ ਦੁਰਮਤ ਵੰਜੈ ਮਿੱਤਰ ਸਾਡੜੇ ਸੇਈ ਜਿਨਾਂ ਸੰਦੜਿਆ ਦੁਰਮਤ ਵੰਜੈ ਮਿੱਤਰ ਸਾਡੜੇ ਸੇਈ ਓ ਟੁੰਡੇਦੀ ਜਗ ਸਵਾ ਜਨ ਨਾਨਕ ਬਿਰਲੇ ਕੇ ਬਿਰਲੇ ਨੇ ਭਾਈ ਜਿਨ੍ਹਾਂ ਦੇ ਮਿਲਣ ਦੇ ਨਾਲ ਸਾਨੂੰ ਸੋਝੀ ਆਉਂਦੀ ਹੈ ਦੁਰਮਤ ਦਾ ਖੋਟੀ ਮਤ ਦਾ ਨਾਸ ਆਉਂਦਾ ਅਤੇ ਗੁਰਮਤ ਦੇ ਧਾਰਨੇ ਬਣਦੇ ਨੇ ਪਰ ਜਿਹੜੇ ਮਿਲ ਜਾਂਦੇ ਨੇ ਭਾਈ ਅੰਦਲੇ ਤਰਭਾਵਣ ਸੂਝਿਆ ਫਿਰ ਹੁਣ ਸੋਝੀ ਆ ਜਾਂਦੀ ਹੈ ਆਪਣੇ ਆਪ ਦੀ ਵੀ ਸੰਸਾਰ ਦੀ ਵੀ ਅਤੇ ਗੁਰੂ ਦੀ ਵੀ ਇਹ ਪਤਾ ਚੱਲ ਜਾਂਦਾ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਗੁਰ ਭੇਟ ਪੁਨੀਤਾ ਜਦੋਂ ਗੁਰੂ ਨੂੰ ਮਿਲ ਜਾਵੇਗਾ
ਕਹਿੰਦੇ ਪਵਿੱਤਰ ਹੋ ਜਾਵੇਂਗਾ ਅੰਦਰੋਂ ਵੀ ਅਤੇ ਬਾਹਰੋਂ ਵੀ। ਜਦੋਂ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਹੇ ਮੇਰੇ ਮਿੱਤਰ। ਮਹਾਰਾਜ ਕਹਿੰਦੇ ਦੇਖ ਲਓ ਭਾਈ, ਆਪਾਂ ਨੂੰ ਕਿਤੇ ਸੱਜਣ ਬਣਾਉਂਦੇ ਨੇ, ਕਿਤੇ ਭਾਈ ਬਣਾਉਂਦੇ ਨੇ, ਕਦੇ ਮਿੱਤਰ ਬਣਾਉਂਦੇ ਨੇ। ਮਹਾਰਾਜ ਕਹਿੰਦੇ ਗੁਰੂ ਦੀ ਸੰਗਤ ਦੀ ਵਡਿਆਈ ਧਿਆਨ ਨਾਲ ਸੁਣਿਆ ਕਰ। ਹੁਣ ਮਹਾਰਾਜ ਦੀ ਹੋਰ ਪੁੱਛੋ, ਮਹਾਰਾਜ ਕਹਿੰਦੇ ਨੇ ਕਲਯੁੱਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ, ਜਪਣਾ ਵੀ ਧਿਆਨ ਨਾਲ ਅਤੇ ਸੁਣਨਾ ਵੀ ਧਿਆਨ ਨਾਲ। ਜੇ ਤੂੰ ਜਪੇਗਾ ਵੀ ਧਿਆਨ ਨਾਲ, ਸੁਣੇਗਾ ਵੀ ਧਿਆਨ ਨਾਲ, ਕਹਿੰਦੇ ਆਪ ਤਰੈ ਸਗਲੇ ਕੁਲ ਤਾਰੈ, ਹਰ ਦਰਗਹਿ ਪਾਤਸ਼ਾਹ ਜਾਏ। ਇਹਦਾ ਨਾਲ ਤਾਂ ਆਪ ਤਰੇਗਾ, ਨਾਲੇ ਆਪਣੀਆਂ ਕੁਲਾਂ ਨੂੰ ਤਾਰੇਗਾ, ਜਿਹੜੇ ਤੇਰੇ ਸੰਗੀ ਸਾਥੀ ਹੋਣਗੇ ਉਹ ਵੀ ਤੜ ਜਾਣਗੇ। ਪਾਤ ਕਹਿੰਦੇ ਨੇ ਇੱਜ਼ਤ ਨੂੰ, ਕਹਿੰਦੇ ਮਹਾਰਾਜ ਕਹਿੰਦੇ ਆਪਣੀ ਇੱਜ਼ਤ ਪੱਤ ਲੈ ਕੇ, ਜਿਵੇਂ ਸਾਡੀ ਧੀ ਕੋਈ ਵਿਆਹ ਕਰੀਏ, ਭਾਈ ਕਹਿੰਦੇ ਆਪਣੀ ਇੱਜ਼ਤ ਪੱਤ ਲੈ ਕੇ ਭਾਈ ਆਪਣੇ ਸਹੁਰੇ ਜਾਵੇ ਪੇਕਿਆਂ ਤੋਂ, ਇਸੇ ਕਰਕੇ ਜਿਹੜੀ ਜੀਵ ਇਸਤਰੀ ਹੈ ਭਾਈ ਆਪਣੀ ਇੱਜ਼ਤ ਪੱਤ ਲੈ ਕੇ ਜਾਵੇ। ਕਹਿੰਦੇ ਆਪ ਤਰੈ ਸਗਲੇ ਕੁਲ ਤਾਰੈ, ਹਰ ਦਰਗਹਿ ਪਾਤਸ਼ਾਹ ਜਾਏ। ਇਹਦਾ ਫਿਰ ਦਰਗਾਹ ਦੇ ਵਿੱਚ ਭਾਈ ਇੱਜ਼ਤ ਪਾਤ ਸਤਿਕਾਰ ਮਿਲਦਾ ਹੈ। ਧਰਮ ਰਾਏ ਸਾਧ ਸੰਗ, ਧਰਮ ਰਾਏ ਕਰੇ ਸੇਵਾ, ਸਾਧੂਆਂ ਦੀ ਸੰਗਤ ਕਰਨ ਦੇ ਨਾਲ ਧਰਮ ਰਾਜਾ ਵੀ ਸੇਵਾ ਕਰਦਾ। ਮਹਾਰਾਜ ਕਹਿੰਦੇ ਭਾਈ ਰੇ ਰੇ ਦਰਗਹਿ ਕਹਿ ਨਾ ਕਹੋ, ਆਓ ਬੈਠੇ ਆਦਰ ਸੁਭ ਦੇਉ। ਉੱਥੇ ਰੇ ਰੇ ਹੋਏ ਹੋਏ ਕਹਿ ਕੇ ਨਹੀਂ ਕਿਸੇ ਨੇ ਬੁਲਾਉਣਾ, ਸਾਰੇ ਸਤਿਕਾਰ ਕਰਨਗੇ। ਹੁਣ ਜਦੋਂ ਤੂੰ ਮਹਿਮਾ ਸੁਣੇਗਾ ਧਿਆਨ ਦੇਣਾ, ਮਹਾਰਾਜ ਕਹਿੰਦੇ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਫਿਰ ਕਹਿੰਦੇ ਜਦੋਂ ਧਿਆਨ ਨਾਲ ਸੁਣ ਲਏਗਾ ਕੀ ਹੋ ਜੂਗਰ, ਮੈਲ ਕੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ। ਜਿਹੜਾ ਵੀ ਮਨੁੱਖ ਕਹਿੰਦੇ ਨਿੱਤ, ਜਿਵੇਂ ਹੁਣ ਆਪਾਂ ਸਾਰੀ ਕਹਿ ਲਈਏ ਭਾਈ, ਗੁਰੂ ਦੀ ਸੰਗਤ ਵਿੱਚ ਬੈਠਦੇ ਹਾਂ ਸਾਰੇ ਰਲ ਕੇ, ਆਪਾਂ ਜਿਹੜਾ ਬਹਿੰਦਾ ਹੈ, ਕਹਿੰਦੇ ਉਸਦਾ ਮਨ ਪਵਿੱਤਰ ਹੋ ਜਾਂਦਾ ਹੈ, ਕਿਉਂਕਿ ਅੰਦਰੋਂ ਜੁੜਨ ਦੇ ਨਾਲ, ਬਾਹਰੋਂ ਨਹੀਂ। ਜੇ ਆਪਾਂ ਸਰੀਰ ਕਰਕੇ ਵਹਿ ਲਈਏ, ਇਹ ਸਾਰੀਆਂ ਗੱਲਾਂ ਮਹਾਰਾਜ ਨੇ ਅੰਦਰ ਦੀਆਂ ਗੱਲਾਂ ਕੀਤੀਆਂ ਨੇ। ਭਗਵਤ ਗੀਤਾ ਪੜ੍ਹੋਂਗੇ ਨਾ, ਮਹਾਰਾਜ ਨੇ ਕ੍ਰਿਸ਼ਨ ਭਗਵਾਨ ਜੀ ਨੇ ਅੰਦਰ ਦੀ ਗੱਲ ਕੀਤੀ ਹੈ ਸਾਰੀ, ਆਪਣੀ ਬਾਹਰ ਦੀ ਗੱਲ ਨਹੀਂ ਕੀਤੀ। ਪਰ ਅਰਥ ਅਨੇਕਾਂ ਕਰੋੜਾਂ ਬਣਦੇ ਉਹਨੂੰ ਗੁਰਬਾਣੀ ਦੇ। ਆਪਾਂ ਨੇ ਅੰਦਰੋਂ ਜੁੜਨਾ, ਜਿਵੇਂ ਸਰੀਰ ਆਪਣਾ ਤਿੰਨ ਤਰ੍ਹਾਂ ਦਾ ਭਾਈ, ਬਾਹਰ ਆ ਗਿਆ ਸਾਹਮਣੇ ਦਿਖ ਰਿਹਾ ਆਪਾਂ ਨੂੰ ਭਾਈ, ਵੀ ਭਾਈ ਮਾਸ ਆ ਉੱਪਰ, ਫਿਰ ਚਰਬੀ ਆ ਜਾਂਦੀ ਹੈ, ਫਿਰ ਤੀਜੇ ਨੰਬਰ ਜਾ ਕੇ ਸੂਖਮ ਸਰੀਰ ਆਪਣਾ ਜਿੱਥੇ ਆਤਮਾ ਦਾ ਵਾਸਾ ਹੈ, ਉਹਦੀ ਗੱਲ ਕੀਤੀ ਹੈ ਮਹਾਰਾਜ ਨੇ। ਕਹਿੰਦੇ ਜਦੋਂ ਅੰਦਰ ਜੁੜ ਜਾਵੇਂਗਾ, ਤੇਰਾ ਮਨ ਪਵਿੱਤਰ ਹੋ ਜਾਵੇਗਾ, ਤੇ ਅੰਦਰੋਂ ਵਿਕਾਰਾਂ ਦੀ ਜਿਹੜੀ ਮੈਲ ਹੈ, ਮੈਲ ਕੋਈ ਓਟ ਅੱਗ ਹਰੇ, ਕਹਿੰਦੇ ਵਿਕਾਰਾਂ ਦੀ ਮੈਲ ਦੂਰ ਹੋ ਜਾਂਦੀ ਹੈ। ਕਰੋੜਾਂ ਜਨਮਾਂ ਦੀ ਲੱਗੀ ਹੋਈ ਜਿਹੜੀ ਤੈਨੂੰ ਮੈਲ ਆ, ਕੋਟ ਦਾ ਮਤਲਬ ਕਰੋੜਾਂ ਜਨਮਾਂ ਦੀ, ਕਹਿੰਦੇ ਤੇਰੇ ਅੰਦਰੋਂ ਦੂਰ ਹੋ ਜਾਵੇਗੀ ਅਤੇ ਤੇਰੇ ਪਾਪ ਨੇ, ਕਰੋੜਾਂ ਜਨਮਾਂ ਦੇ ਪਾਪ ਨੇ, ਉਹ ਦੂਰ ਹੋ ਜਾਣਗੇ ਜਦੋਂ ਮਹਿਮਾ ਸੁਣੇਗਾ। ਰੋਜ਼ ਪੜ੍ਹਦੇ ਹਾਂ ਸੁਣਦੇ ਹਾਂ ਨਾ, ਸੁਣਿਆ ਦੁੱਖ ਪਾਪ ਕਾ ਨਾਸ, ਅੱਗ ਕਹਿੰਦੇ ਨੇ ਪਾਪਾਂ ਨੂੰ, ਕਿਤੇ ਪਾਪ ਦੱਸਿਆ ਮਹਾਰਾਜ ਨੇ, ਕਿਤੇ ਅੱਗ ਕਿਹਾ ਮਹਾਰਾਜ ਨੇ। ਅੱਗ ਵੀ ਪਾਪਾਂ ਨੂੰ ਕਹਿੰਦੇ ਨੇ, ਸਾਡੇ ਦੁੱਖਾਂ ਦਾ ਬੀਜ ਨੇ, ਜਿਹੜੇ ਸਾਡੇ ਜਨਮਾਂ ਦੇ ਭਾਈ ਪਹਿਲਾਂ ਬੀਜੇ ਹੋਏ ਨੇ। ਬੀਜਦਾ ਕਦੋਂ ਹੈ, ਜਦੋਂ ਅਕਾਲ ਪੁਰਖ ਵਾਹਿਗੁਰੂ ਤੋਂ ਵੱਖ ਹੋ ਜਾਣਾ। ਆਓ ਆਪਾਂ ਇਤਿਹਾਸ ਦੀ ਵਿਚਾਰ ਨਾਲ ਜੁੜੀਏ। ਜਦੋਂ ਰੱਬ ਦੇ ਪਿਆਰਿਆਂ ਦੀ ਮਹਿਮਾ ਹੁੰਦੀ ਹੈ ਨਾ, ਜਦੋਂ ਗੁਰੂ ਦਰਬਾਰ ਵਿੱਚ ਜਾਂਦਾ ਬੰਦਾ, ਅੰਦਰੋਂ ਪਵਿੱਤਰ ਹੋ ਜਾਂਦਾ। ਆਪਾਂ ਨੇ ਪੰਗਤੀ ਪਹਿਲੀ 'ਚ ਪੜ੍ਹੀ ਹੈ ਭਾਈ, ਅੰਦਲੇ ਤਰਪਾਵਣ ਸੂਝਿਆ ਪਿੰਗਲ ਪਰਬਤ ਪਾਰ, ਫਰੇ ਫਲ ਚਤਰ ਵਗੀਤਾ, ਅੰਦਲੇ ਤਰਪਾਵਣ ਸੂਝਿਆ ਗੁਰ ਭੇਟ ਪੁਨੀਤਾ। ਹੁਣ ਮਹਾਰਾਜ ਦੇ ਜਦੋਂ ਜੋੜੇ ਭਾਈ ਰੱਬ ਦਾ ਪਿਆਰਾ ਭਾਈ ਲਾ ਰਿਹਾ ਨਾ ਆਪਦੇ ਮਸਤਕ ਨੂੰ, ਅਤੇ ਜੋੜੇ ਲਾ ਲਾ ਕੇ ਜਦੋਂ
ਉਹਦੀ ਨੇਤਰ ਬਣ ਕੇ ਮਹਾਰਾਜ ਦਰਸ਼ਨ ਹੋਏ, ਅੰਦਰ ਸੱਚਾ ਨੇ ਉਹ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ, ਜਾ ਗੁਰ ਦੇਖਾਂ ਸਾਹਮਣੇ ਨਿਹਾਲ ਹੋ ਗਿਆ। ਮਹਿਮਾ ਸੁਣੀ ਤੀ ਮਹਾਰਾਜ ਦੀ, ਸੋਏ ਸੁਣੀ ਤੀ ਅਜੱਖੀ ਦੇਖ ਲੇ ਮਹਾਰਾਜ, ਐਦੀ ਵੰਡ ਸਮੈਂ ਕੋਈ ਨਾ ਡੱਠਾ, ਤੂੰ ਨਾਨਕ ਮਨ ਭਾਣਾ, ਘੋਲ ਕਮਾਈ ਤੇ ਸਮਿੱਤਰ ਵਿਚੋਲੇ ਜੈ ਮਲਕੰਤ ਪਛਾਣਾ। ਕੋਈ ਵਿਚੋਲਾ ਮਿਲ ਜਾਂਦਾ ਨਾ ਰੱਬ ਦਾ ਪਿਆਰਾ, ਫਿਰ ਗੁਰੂ ਵੀ ਮਿਲ ਪੈਂਦਾ ਹੈ। ਤੇ ਕਹਿੰਦੇ ਹੁਣ ਮਹਾਰਾਜ ਦੇ ਜਦੋਂ ਦਰਸ਼ਨ ਕੀਤੇ, ਅੰਦਰ ਗਏ ਮਹਾਰਾਜ ਸਾਹਮਣੇ, ਸਨਮੁਖ ਹਿਰਦਾ ਹਿਰਦਾ ਗਿਆ ਮਹਾਰਾਜ ਚਰਨਾਂ ਤੇ ਸੀਸ ਰੱਖੇ, ਨੇਤਰਾਂ ਦੇ ਜਲ ਜਿਹੜਾ ਨੈਣਾਂ ਵਿੱਚੋਂ ਆ ਰਿਹਾ ਸੀ ਮਹਾਰਾਜ ਦੇ ਚਰਨ ਧੋਤੇ। ਮਹਾਰਾਜ ਆਪ ਜੀ ਨੇ ਕਿਰਪਾ ਕੀਤੀ ਹੈ, ਮੇਰੇ ਵੱਡੇ ਭਾਗ ਹਨ ਮਹਾਰਾਜ, ਤੁਹਾਡੇ ਦਰਸ਼ਨ ਹੋਏ ਨੇ, ਮੈਂ ਇਹ ਸੰਸਾਰ ਨੂੰ ਦੇਖ ਸਕਦਾ ਹਾਂ, ਇੱਥੇ ਮੈਂ ਮਹਾਰਾਜ ਦੇਖ ਨਹੀਂ ਸਕਦਾ ਸੀ। ਅੰਧਲੇ ਤਿਰਭਾਵਣ, ਅੰਧਲੇ ਅੰਨੇ ਨੂੰ ਕਹਿੰਦੇ ਨੇ ਮਹਾਰਾਜ, ਕਿਰਪਾ ਕਰ ਦੇਵੋ ਹੁਣ ਜਿੱਥੇ ਮੈਨੂੰ ਨਿਗਾਹ ਬਖਸ਼ੀ ਹੈ ਮਹਾਰਾਜ, ਆਪ ਕਿਰਪਾ ਕਰੋ, ਤੁਸੀਂ ਮੈਨੂੰ ਤੁਰਨ ਵੀ ਪਾਤਸ਼ਾਹ ਲਾ ਦੇਵੋ, ਇੱਕ ਆਹ ਵੀ ਕਿਰਪਾ ਕਰ ਦਿਓ ਮਹਾਰਾਜ। ਅਤੇ ਮਹਾਰਾਜ ਕਹਿੰਦੇ ਭਾਈ ਇਹ ਤੇਰੇ ਨਿਗਾਹ ਬਣੀ ਕਿਵੇਂ ਆ? ਕਹਿੰਦੇ ਮਹਾਰਾਜ ਮੈਨੂੰ ਆਪਦੇ ਗੁਰਸਿੱਖਾਂ ਨੇ ਆਪ ਜੀ ਦੇ ਆਉਣ ਦਾ ਦੱਸਿਆ, ਮੈਂ ਰਿੜਦਾ ਰਿੜਦਾ ਪਾਤਸ਼ਾਹ ਜੀ ਆ ਗਿਆ ਦਰਬਾਰ ਵਿੱਚ, ਅਤੇ ਬਾਹਰ ਜੋੜੇ ਘਰਾਂ ਜੋੜੇ ਜਿੱਥੇ ਕੱਢੇ ਨੇ ਸੰਗਤ ਨੇ, ਮੈਂ ਉੱਥੇ ਬੈਠਾ ਜੋੜੇ ਸਾਫ਼ ਕਰ ਰਹੇ, ਸਾਰਿਆਂ ਦੇ ਜੋੜੇ ਚੱਕ ਚੁੱਕ ਕੇ ਮਹਾਰਾਜ ਆਪਣੇ ਮਸਤਕ ਨੂੰ ਲਾਈ ਜਾ ਰਿਹਾ ਸੀ। ਸਾਰੀ ਵਾਰ ਤਾਂ ਦੱਸੀ ਮਹਾਰਾਜ, ਤੁਹਾਡਾ ਜੋੜਾ ਜਦੋਂ ਤੁਹਾਡੇ ਚਰਨਾਂ ਦਾ ਜੋੜਾ ਕਿਸੇ ਗੁਰਸਿੱਖ ਨੂੰ ਕਿਹਾ ਵੀ ਫੜਾ ਦਿਓ ਮੈਨੂੰ, ਕਹਿੰਦੇ ਜਦੋਂ ਤੁਹਾਡੇ ਚਰਨਾਂ ਦਾ ਜੋੜਾ ਮਸਤਕ ਨੂੰ ਲਾਇਆ ਪਾਤਸ਼ਾਹ, ਅਤੇ ਜਦੋਂ ਮੇਰੀ ਨਿਗਾਹ ਬਣ ਗਈ ਅਤੇ ਆਪ ਜੀ ਦਰਸ਼ਨ ਹੋਏ ਨੇ। ਮਹਾਰਾਜ ਮੁਸਕਰਾ ਪੇ, ਕਿਉਂਕਿ ਜਾਣਦੇ ਸ ਮਹਾਰਾਜ ਭਾਈ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਕਹਿੰਦੇ ਫਿਰ ਭਾਈ ਜਿੱਥੇ ਹੁਣ ਇਹ ਠੀਕ ਹੋਏ ਨਾ, ਤੂੰ ਜਿੱਥੇ ਜੋੜੇ ਘਰਾਂ ਵਿੱਚੋਂ ਜਿੱਥੇ ਜੋੜੇ ਕੱਢ ਰਹੇ ਨੇ, ਅਤੇ ਹੁਣ ਕਹਿੰਦੇ ਉੱਥੇ ਹੀ ਬੈਠ ਜਾ ਜਾ ਕੇ, ਫਿਰ ਉੱਥੇ ਨਾਲ ਤਾਂ ਸਿਮਰਨ ਕਰੀ ਚੱਲ, ਅਤੇ ਨਾਲੇ ਜੋੜੇ ਸਾਫ਼ ਕਰੀ ਚੱਲ ਸੰਗਤ ਦੇ। ਹੁਣ ਇੱਥੇ ਬਹੁਤ ਐਸੇ ਹਨ ਜਿਹੜੇ ਭਾਈ ਕਹਿੰਦੇ ਨੇ ਜੋੜੇ ਸਾਫ਼ ਕਰਨ ਨਾਲ ਕੀ ਮਿਲਦਾ ਹੈ, ਐਵੇਂ ਜੋੜਿਆਂ ਲੋਕ ਝਾੜੀ ਜਾਂਦੇ ਨੇ, ਲੋਕ ਮੱਥੇ ਲਾਈ ਜਾਂਦੇ ਨੇ, ਬੀਬੀਆਂ ਸਾਡੀਆਂ ਚੁੰਨੀਆਂ ਨਾਲ ਸਾਫ਼ ਕਰਦੀਆਂ ਨੇ, ਇਹ ਜੋੜਿਆਂ ਦੀ ਸਾਖੀ ਹੈ। ਜਿਹੜੇ ਕਹਿੰਦੇ ਜੋੜਿਆਂ ਤੋਂ ਕੀ ਮਿਲਦਾ ਹੈ, ਇਹ ਉਹਨਾਂ ਲਈ ਪ੍ਰਤੀ ਹੈ ਗੱਲ ਭਾਈ, ਬਹੁਤ ਐਸੇ ਹਨ ਜੋੜੇ। ਮੈਂ ਸੰਗਤ ਨੂੰ ਵੀ ਬੇਨਤੀ ਕਰਦਾ ਵੀ ਜੋੜੇ ਨਾ ਇੱਕ ਥਾਵੇਂ ਕੱਢਿਆ ਕਰੋ, ਕੋਈ ਕਿਤੇ ਕੱਢਦਾ ਕੋਈ ਕਿਤੇ ਕੱਢਦਾ, ਕਿਸੇ ਦਾ ਭਲਾ ਹੋ ਜਾਵੇ ਸਾਡਾ ਵੀ ਭਲਾ ਹੋ ਜਾਵੇ। ਜਦੋਂ ਹੋਰ ਦੇ ਜੋੜੇ ਕੱਢੇ ਹੋਣਗੇ ਉੱਥੇ ਸੰਗਤ ਦੇ, ਸਾਨੂੰ ਸਾਰੇ ਭਾਈ ਅਸੀਂ ਵੀ ਸਾਫ਼ ਕਰਾਂਗੇ, ਅਸੀਂ ਵੀ ਮਸਤਕ ਨੂੰ ਲਾਵਾਂਗੇ, ਸਾਡੇ ਵੀ ਪਾਪ ਨੇ ਦੂਰ ਹੋਣਗੇ, ਸਾਡੇ ਵੀ ਦੁੱਖ ਦੂਰ ਹੋਣਗੇ ਜਦੋਂ ਅਸੀਂ ਸੰਗਤ ਦੇ ਜੋੜਿਆਂ ਨੂੰ ਝਾੜਾਂਗੇ ਭਾਈ। ਕਿਉਂਕਿ ਮੇਨ ਸੇਵਾਵਾਂ ਮਹਾਰਾਜ ਨੇ, ਸੇਵਾਵਾਂ ਤਾਂ ਸਾਰੀਆਂ ਵਧੀਆ ਨੇ, ਪਰ ਜਿਹੜੀਆਂ ਮੇਨ ਸੇਵਾਵਾਂ ਹਨ ਭਾਈ, ਜਿਵੇਂ ਝਾੜੂ ਲਾਉਣਾ, ਬਰਤਨ ਸਾਫ਼ ਕਰਨੇ, ਜੋੜਿਆਂ ਦੀ ਸੇਵਾ ਕਰਨੀ, ਉੱਤਮ ਸੇਵਾ ਮੰਨੀ ਗਈ ਹੈ ਭਾਈ। ਅਤੇ ਕਹਿੰਦੇ ਭਾਈ ਹੁਣ ਤੂੰ ਜੋੜੇ ਘਰਾਂ ਵਿੱਚ ਜਿੱਥੇ ਜੋੜੇ ਕੱਢੇ ਤੇ ਨਾ, ਉੱਥੇ ਜਾ ਕੇ ਬਹਿ ਜਾ, ਜਿਹੜੇ ਸੰਗਤ ਦੇ ਜੋੜੇ ਆਉਣਗੇ ਅਤੇ ਉਹੀ ਚੱਕ ਚੱਕ ਆਪਣੇ ਲੱਤਾਂ ਨੂੰ ਲਾਈ ਚੱਲੀ। ਕਹਿੰਦੇ ਸੱਤ ਵਾਚਨ, ਹੁਣ ਮਹਾਰਾਜ ਦੇ ਵਾਚਨ ਮੰਨ ਲਏ ਅਤੇ ਜਾ ਕੇ ਉੱਥੇ ਫਿਰ ਜੋੜਿਆਂ 'ਚ ਬਹਿ ਗਿਆ। ਨਾਲੇ ਤਾਂ ਹੁਣ ਕੀਰਤਨ ਸੁਣੀ ਜਾਂਦਾ ਕੰਨਾਂ ਦੇ ਨਾਲ, ਨਾਲੇ ਜੋੜੇ ਸਾਫ਼ ਕਰੀ ਜਾਂਦਾ। ਕੁਝ ਦਿਨ ਲੰਘੇ ਜਦੋਂ ਹੌਲੀ ਹੌਲੀ ਕਰਕੇ ਰੋਜ਼ ਜੋੜੇ ਲਾਇਆ ਕਰ ਲੱਤਾਂ ਨੂੰ, ਅਤੇ ਹੌਲੀ ਹੌਲੀ ਭਾਈ ਲੱਤਾਂ
ਉਹ ਕੰਮ ਕਰਨ ਲੱਗ ਜਾਣੇ ਭਾਈ, ਤੁਰ ਨਹੀਂ ਸਕਦਾ ਸੀ ਜਿਹੜਾ, ਰਿੜਦਾ ਸੀ। ਪਿੰਗਲ ਪਰਬਤ ਪਾਰ ਪਰੇ ਖਲ ਚਾਤਰ ਵਗੀਤਾ, ਜਿਹੜਾ ਜੰਮੀ ਭਾਈ ਪਿੰਗਲਾ ਬਣਿਆ ਹੋਇਆ ਸੀ, ਇੰਨਾ ਲੁੰਝਾ ਸੀ ਜਿਹੜਾ ਤੁਰ ਨਹੀਂ ਸਕਦਾ ਸੀ, ਅੱਜ ਉਹ ਆਪਣੀ ਲੱਤਾਂ 'ਤੇ ਖੜਾ ਹੋ ਗਿਆ। ਇਹ ਕਰਾਮਾਤਾਂ ਅੱਜ ਵੀ ਹਰਿਮੰਦਰ ਸਾਹਿਬ ਹੁੰਦੀਆਂ ਨੇ। ਸੋਸ਼ਲ ਮੀਡੀਆ 'ਤੇ ਆਪਾਂ ਦੇਖਦੇ ਹਾਂ ਭਾਈ, ਬਹੁਤ ਐਸੇ ਰੱਬ ਦੇ ਪਿਆਰੇ ਸਾਡੀਆਂ ਭੈਣਾਂ ਵੀ, ਸਾਡੇ ਵੀਰ ਵੀ ਆਏ ਨੇ, ਕੁਰਸੀ 'ਤੇ ਵੇਖ ਕੇ ਆਏ ਨੇ, ਪਰ ਆਪਣੀਆਂ ਲੱਤਾਂ 'ਤੇ ਚੱਲਦੇ ਗਏ ਨੇ। ਉਹ ਅੱਜ ਵੀ ਇਹ ਗੁਰੂ ਸਾਹਿਬ ਕਿਰਪਾ ਕਰ ਰਹੇ ਨੇ, ਕਿਉਂਕਿ ਅੱਜ ਵੀ ਕਰਾਮਾਤਾਂ ਹਨ। ਬਹੁਤ ਲੋਕ ਨੇ ਇਹ ਗੱਲਾਂ 'ਤੇ ਸ਼ੰਕੇ ਕਰਦੇ ਨੇ, ਪਰ ਜਿਨ੍ਹਾਂ ਨੂੰ ਵਿਸ਼ਵਾਸ ਨਹੀਂ, ਪਰ ਜਿਨ੍ਹਾਂ ਦੇ ਵਿਸ਼ਵਾਸ, ਜਾ ਕੇ ਮਾਨ ਗੁਰ ਕੀ ਪ੍ਰਤੀਤ ਅਤੇ ਜਨ ਆਵੈ ਹਰ ਪ੍ਰਵਚੀਤ। ਆ ਪੜ੍ਹੀਏ ਧਾਰਨਾ ਭਾਈ, ਜਿਹਦੇ ਮਨਾਂ ਦੇ ਵਿੱਚ ਪ੍ਰਤੀਤ ਵਿਸ਼ਵਾਸ ਹੈ, ਗੁਰ ਕੀ ਪ੍ਰਤੀਤ ਜੀ ਜਿਹਦੇ ਮਨ ਵਸ ਜੇ ਭਾਈ, ਗੁਰ ਕੀ ਪ੍ਰਤੀਤ ਜੀ ਜਿਹਦੇ ਮਨ ਵਸ ਜੇ ਭਾਈ, ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਸ ਜੇ ਭਾਈ, ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਸ ਜੇ ਭਾਈ, ਗੁਰ ਕੀ ਪ੍ਰਤੀਤ ਜੀ, ਜਿਸਦੇ ਮਨ ਵਸ ਜੇ ਭਾਈ, ਜਿਸਦੇ ਮਨ ਵਸ ਜੇ ਭਾਈ, ਜਿਸ ਦੇ ਮਨ ਵਸ ਜੇ ਭਾਈ, ਜਿਸ ਦੇ ਮਨ ਵਸ ਜੇ ਭਾਈ, ਗੁਰ ਕੀ ਪ੍ਰਤੀਤ ਜੀ ਜਿਹਦੇ ਮਨ ਵਸ ਜੇ, ਗੁਰ ਕੀ ਪ੍ਰਤੀਤ ਜੀ ਜਿਸਦੇ ਮਨ ਵਸ ਜੇ ਭਾਈ, ਕੀ ਪ੍ਰਤੀਤ ਜੀ ਜਿਸ ਦੇ ਮਨ ਵਸ ਜੇ ਭਾਈ, ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਸ ਜੇ ਭਾਈ, ਗੁਰ ਕੀ ਪ੍ਰਤੀਤ ਜਿਹਦੇ ਮਨ ਵਿੱਚ ਵਸ ਗਈ, ਜਿਸ ਭਰਾਵਿਆ ਵੈ ਹਰ ਪ੍ਰਵਚੀਤ, ਫਿਰ ਚਿੱਤ ਵੀ ਉਸੇ ਦੇ ਮਨ ਵਿੱਚ ਆਊਗਾ। ਪਰਮਾਤਮਾ ਜਿਹਨੂੰ ਪ੍ਰਤੀਤ ਵਿਸ਼ਵਾਸ ਹੈ, ਭਰੋਸਾ ਹੈ, ਫਿਰ ਭਾਈ ਜਿਹੜੇ ਕੋਟ ਨੇ, ਪਾਪ ਨੇ, ਦੁੱਖ ਹੋਰ ਦੂਰ ਵੀ ਉਹਨਾਂ ਦੀ ਹੋਣਗੇ ਭਾਈ। ਹੁਣ ਜਦੋਂ ਆਪਣੇ ਪੈਰਾਂ 'ਤੇ ਖੜਾ ਹੋ ਗਿਆ, ਗੁਰੂ ਚਰਨਾਂ ਵਿੱਚ ਗਿਆ, ਨਮਸਕਾਰ ਕੀਤੀ ਪਾਤਸ਼ਾਹ ਦੀ, ਬੜੀ ਖੁਸ਼ੀ ਹੋਈ। ਹੁਣ ਭਾਈ ਜਿਹੜਾ ਬੰਦਾ ਦੇਖ ਨਾ ਸਕਦਾ ਹੋਵੇ, ਤੁਰ ਨਾ ਸਕਦਾ ਹੋਵੇ, ਗੁਰੂ ਸਾਹਿਬ ਨੇ ਐਡੀ ਬਖਸ਼ਿਸ਼ ਕਰ ਦਿੱਤੀ ਹੋਵੇ, ਕਿੰਨੀ ਖੁਸ਼ੀ ਹੋਈ ਹੋਵੇਗੀ। ਜਾ ਕੇ ਚਰਨਾਂ 'ਤੇ ਨਮਸਕਾਰ ਕੀਤੀ, ਮਹਾਰਾਜ ਆਪ ਜੀ ਨੇ ਬਹੁਤ ਰਹਿਮਤ ਅਪਾਰ ਕਿਰਪਾ ਕੀਤੀ ਹੈ, ਹੁਣ ਕਿਰਪਾ ਕਰ ਲਿਓ ਮਹਾਰਾਜ, ਮੈਨੂੰ ਨਾਮ ਵੀ ਬਖਸ਼ ਕਰ ਦੇਵੋ, ਨਾਮ ਵੀ ਬਖਸ਼ ਦੇਵੋ। ਮਹਾਰਾਜ ਨੇ ਦੇਖਿਆ ਵੀ ਭਾਂਡਾ ਸਾਫ਼ ਹੈ, ਕਿਉਂਕਿ ਭਾਈ ਵਸਤੂ ਤਾਂ ਪੈਂਦੀ ਹੈ ਭਾਂਡੇ ਵਿੱਚ ਜਦੋਂ ਭਾਂਡਾ ਸਾਫ਼ ਹੋਵੇ। ਵਸਤੂ ਅੰਦਰ ਵਸਤਮ ਆਵੈ ਦੂਜੀ ਹੋਵੇ ਪਾਸ, ਕਿਉਂਕਿ ਬਿਨ ਗਾਹ ਗੁਣ ਵੇਚੀਏ ਤਾਉ ਗੁਣ ਸਹਿਗੋ ਜਾਏ, ਗੁਣ ਕਾ ਗਾਹਕ ਜੇ ਮਿਲੇ ਤਾਉ ਗੁਣ ਲਾਖ ਵਕਾਏ। ਜਿਵੇਂ ਕਹਿ ਲਈਏ ਆਪਾਂ 10 ਬੰਦਿਆਂ ਲਵੇ, 4 ਬੰਦਿਆਂ ਲਵੇ ਖੜ ਜਾਈਏ, ਉੱਥੇ ਭਾਈ ਜੇ ਰੱਬ ਦੀ ਗੱਲ ਕਰੀਏ ਉਹ ਭਾਈ ਨਾ ਸੁਣਨ ਵਾਲੇ ਹੋਣ, ਉੱਥੇ ਨਹੀਂ ਗੱਲ ਕਰਨੀ ਚਾਹੀਦੀ। ਜਿਹੜਾ ਗੁਣਾਂ ਦਾ ਗਾਹਕ ਹੈ ਕੋਈ ਭਾਈ, ਜਿਹਨੂੰ ਗੁਰੂ ਨਾਲ ਪਰਮਾਤਮਾ ਨਾਲ ਪਿਆਰ ਹੈ, ਫਿਰ ਕਹਿੰਦੇ ਉੱਥੇ ਗੱਲ ਕਰਨ ਦਾ ਵੀ ਫਾਇਦਾ ਰੱਬ ਦੇ ਪਰਮਾਤਮਾ ਦੇ ਨਾਮ ਦੀ, ਫਿਰ ਭਾਈ ਕਦਰ ਵੀ ਪੈਂਦੀ ਹੈ। ਹੁਣ ਮਹਾਰਾਜ ਨੇ ਦੇਖਿਆ ਵੀ ਭਾਂਡਾ ਸਾਫ਼ ਹੈ, ਮਹਾਰਾਜ ਕਹਿੰਦੇ ਚੰਗਾ ਭਾਈ, ਹੁਣ ਸਾਡੇ ਇੱਥੋਂ ਜਾਣ ਦਾ ਵੀ ਸਮਾਂ ਹੋ ਗਿਆ, ਅੱਗੇ ਜਾ ਕੇ ਸੰਗਤਾਂ ਉਡੀਕਦੇ ਨੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਪਹੁੰਚਣਾ ਹੈ,
ਪਰ ਹੁਣ ਤੋਂ ਨਾਮ ਦੀ ਬਖਸ਼ਿਸ਼ ਮੰਗ ਰਿਹਾ, ਸਤਨਾਮ ਵਾਹਿਗੁਰੂ ਦਾ ਜਾਪ ਕਰਨਾ ਤੇ ਬਾਣੀ ਪੜ੍ਹਨੀ ਹੈ ਗੁਰੂ ਨਾਨਕ ਪਾਤਸ਼ਾਹ ਦੀ। ਪਰ ਇਸ ਜਗ੍ਹਾ ਤੇ ਸੰਗਤਾਂ ਨੂੰ ਤੈਨੇ ਇਕੱਠ ਕਰਨਾ ਤੇ ਆਪ ਨਾਮ ਜਪਣਾ ਤੇ ਹੋਰ ਨੂੰ ਵੀ ਜਪਾਉਣਾ, ਇੱਥੇ ਫਿਰ ਧਰਮਸ਼ਾਲਾ ਹੋ ਜਾਵੇਗੀ। ਆਪਾਂ ਆਰੰਭਤਾ ਕੀਤੀ ਸੀ ਭਾਈ, ਗੁਰਸਿੱਖ ਸਾਧ ਅਸੰਖ ਜੱਗ ਧਰਮਸਾਲ ਥਾਏ ਥਾਏ ਸੁਹਾਇਆ। ਜਿੱਥੇ ਵੀ ਰੱਬ ਦੇ ਪਿਆਰੇ ਹੁੰਦੇ ਨੇ, ਭਾਈ ਗੁਰਦਾਸ ਦੀ ਆਪਾਂ ਨੇ ਵਾਰ ਪੜ੍ਹੀ ਸੀ, ਜਿੱਥੇ ਵੀ ਰੱਬ ਦੇ ਪਿਆਰੇ ਹੁੰਦੇ ਨੇ ਜਾਂ ਗੁਰੂ ਸਾਹਿਬ ਗਏ ਨੇ, ਉੱਥੇ ਧਰਮਸਾਲਾ ਸੋਭ ਗਈਆਂ ਸੁਹਾਤੀਆਂ ਭਾਵ ਬਣਾ ਦਿੱਤੀਆਂ ਨੇ ਨਾਮ ਜਪਣ ਦੇ ਲਈ। ਕਹਿੰਦੇ ਫਿਰ ਸੰਗਤਾਂ ਨੂੰ ਤੈਨੇ ਜਿੱਥੇ ਨਾਮ ਜਪਣਾ ਨਾ, ਉੱਥੇ ਫਿਰ ਸੰਗਤਾਂ ਨੂੰ ਵੀ ਤੈਨੇ ਇਹ ਨਾਮ ਵੰਡਣਾ ਹੈ। ਇਹ ਨਹੀਂ ਹੈ ਵੀ ਤੈਨੇ ਨਾਮ ਨਹੀਂ ਵੰਡਣਾ। ਫਿਰ ਮਹਾਰਾਜ ਦੀ ਜਿਹੜੀ ਮਹਿਮਾ ਸੀ ਸਾਰੇ ਨਗਰ ਦੇ ਵਿੱਚ, ਭਾਈ ਕਰਾਸਾ ਪਿੰਡ ਆ ਭਾਈ ਇਹ, ਭੇਵੇ ਤੋਂ ਜਦੋਂ ਆਪਾਂ ਚੀਕੇ ਨੂੰ ਆਉਂਦੇ ਹਾਂ, ਧਿਆਨ ਰੱਖਿਓ ਜਾ ਕੇ ਦਰਸ਼ਨ ਵੀ ਕਰ ਸਕਦੇ ਹੋ। ਅਤੇ ਫਿਰ ਜਿਵੇਂ ਭਾਈ ਮੱਖਣ ਸਾਲ ਵਾਲੇ ਨੇ ਨਾ ਕੋਠੇ 'ਤੇ ਚੜ੍ਹ ਕੇ ਇਹ ਹੋਕਾ ਦਿੱਤਾ ਸੀ ਭਾਈ ਮੈਂ ਗੁਰੂ ਲਾਧ ਦੋਰੇ ਸੱਚਾ ਗੁਰੂ ਲਾਧ ਦੋਰੇ, ਫਿਰ ਉੱਥੇ ਸੰਗਤਾਂ ਨੂੰ ਨਗਰ ਵਿੱਚ ਜਾ ਕੇ ਇਹ ਆਵਾਜ਼ਾਂ ਮਾਰਦਾ ਹੈ, ਗੁਰੂ ਲਾਧੋ ਸੱਚਾ ਗੁਰੂ ਲਾਧੋ ਰੇ, ਗੁਰੂ ਲਾਧੋ ਸੱਚਾ ਗੁਰੂ ਲਾਧੋ ਰੇ, ਗੁਰੂ ਲਾਧੋ ਗੁਰੂ ਲਾਧੋ ਸੱਚਾ ਗੁਰੂ ਲਾਧੋ ਰੇ, ਗੁਰੂ ਲਾਧੋ ਗੁਰੂ ਲਾਧੋ ਸੱਚਾ ਗੁਰੂ ਲਾਧੋ ਰੇ, ਗੁਰੂ ਲਾਧੋ ਗੁਰੂ ਲਾਧੋ ਸੱਚਾ ਗੁਰੂ, ਗੁਰੂ ਲਾਧੋ ਸੱਚਾ ਗੁਰੂ ਲਾਧੋ ਰੇ, 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 ਗੁਰੂ ਲਾਧੋ ਗੁਰੂ ਲਾਧੋ ਗੁਰੂ ਲਾਧੋ, ਗੁਰੂ ਲਾਧੋ 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 ਗੁਰੂ ਲਾਧੋ ਸੱਚਾ ਗੁਰੂ ਲਾਧੋ ਰੇ, ਗੁਰੂ ਲਾਧੋ ਗੁਰੂ ਲਾਧੋ ਸੱਚਾ ਗੁਰੂ ਲਾਧੋ ਰੇ, ਗੁਰੂ ਲਾਧੋ ਗੁਰੂ ਲਾਧੋ ਸੱਚਾ ਗੁਰੂ ਲਾਧੋ ਰੇ, ਸਾਰੇ ਨਗਰ ਦੇ ਵਿੱਚ ਜਾ ਕੇ ਰੌਲਾ ਪਾਇਆ। ਜਿਵੇਂ ਭਾਈ ਮੱਖਣ ਸਾਹ ਨੇ ਗੁਰੂ ਨੌਵੇਂ ਪਾਤਸ਼ਾਹ ਨੂੰ ਪ੍ਰਗਟ ਕੀਤਾ ਸੀ, ਅਤੇ ਕਹਿੰਦੇ ਸਾਰੇ ਲੋਕਾਂ ਨੂੰ ਇਕੱਠਾ ਕਰਕੇ ਲਿਆਂਦਾ ਗੁਰੂ ਚਰਨਾਂ ਦੇ ਵਿੱਚ, ਕਹਿੰਦੇ ਮੈਂ ਸੱਚਾ ਗੁਰੂ ਲੱਭ ਲਿਆ ਹੈ, ਆਓ ਦਰਸ਼ਨ ਤੁਸੀਂ ਵੀ ਕਰੋ। ਜਿਹਦੇ ਦਰਸ਼ਨ ਕਰਨ ਦੇ ਨਾਲ, ਜਿਹੜੇ ਚਰਨਾਂ ਦੇ ਵਿੱਚ ਆਉਣ ਦੇ ਨਾਲ ਮੈਨੂੰ ਦੇਖਣ ਵੀ ਲੱਗ ਗਿਆ, ਮੈਂ ਤੁਰਨ ਵੀ ਲੱਗ ਗਿਆ, ਤੁਸੀਂ ਆਪਣੇ ਵੀ ਪਾਪ ਕੱਟ ਲਵੋ, ਆਪਣੇ ਵੀ ਦੋ ਜਿਹੜੇ ਰੋਗ ਨੇ ਨਾ ਉਹ ਮਿਟਾ ਲਵੋ।
ਫਿਰ ਮਹਾਰਾਜ ਨੂੰ ਸੰਗਤ ਇਕੱਠੀ ਹੋਈ। ਮਹਾਰਾਜ ਕਹਿੰਦੇ ਭਾਈ ਹੁਣ ਅਸੀਂ ਹਰਿਮੰਦਰ ਸਾਹਿਬ ਜਾਣਾ ਤੇ ਸੰਗਤਾਂ ਭਾਈ ਵਿਰਾਗ ਵਿੱਚ। ਮਹਾਰਾਜ ਕਹਿੰਦੇ ਮਹਾਰਾਜ ਅਸੀਂ ਕੀ ਕਰਾਂਗੇ, ਤੁਸੀਂ ਚਲੇ ਜਾ ਰਹੇ ਹੋ। ਕਹਿੰਦੇ ਨਹੀਂ ਭਾਈ, ਜਿੱਥੇ ਪਰਮੇਸ਼ਰ ਦਾ ਵਾਸਾ, ਜਿੱਥੇ ਨਾਮ ਜਪਿਆ ਜਾਂਦਾ, ਕਹਿੰਦੇ ਉੱਥੇ ਅਸੀਂ ਹਾਜ਼ਰ ਨਾਜ਼ਰ ਹੈ। ਜਹ ਕੀਰਤਨ ਤੇਰਾ ਸਾਧੂ ਗਾਵੈ ਤਹਿ ਮੇਰਾ ਮਨ ਲੱਗੈ। ਕਹਿੰਦੇ ਜਦੋਂ ਇਕੱਠੇ ਹੋ ਕੇ ਨਾਮ ਜਪਿਆ ਕਰੋਗੇ, ਸਿਮਰਨ ਕਰਿਆ ਕਰੋਗੇ, ਬਾਣੀ ਪੜ੍ਹਿਆ ਕਰੋਗੇ, ਕੀਰਤਨ ਕਰਿਆ ਕਰੋਗੇ, ਅਸੀਂ ਹਾਜ਼ਰ ਨਾਜ਼ਰ ਹੋਵਾਂਗੇ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਪਰ ਇੱਥੇ ਕਹਿੰਦੇ ਧਰਮਸਾਲ ਬਣਾਓ ਅਤੇ ਸੰਗਤਾਂ ਆਉਣਗੇ, ਇਕੱਠੇ ਹੋ ਕੇ ਪਰਮੇਸ਼ੁਰ ਦੀ ਬੰਦਗੀ ਕਰਨੀ ਹੈ। ਫਿਰ ਮਹਾਰਾਜ ਤੋਂ ਖੁਸ਼ੀਆਂ ਦੇਖ ਕੇ ਹਰਿਮੰਦਰ ਸਾਹਿਬ ਪਹੁੰਚੇ ਸੀ। ਆਪਣੇ ਆਰੰਭਤਾ ਕੀਤੀ ਭਾਈ, ਜਿੱਥੇ ਵੀ ਗੁਰਸਿੱਖ ਕੋਈ ਜਾਂਦਾ ਹੈ ਤੇ ਧਰਮਸਾਲ ਥਾਏ ਥਾਏ ਸੁਹਾਇਆ, ਗੁਰੂ ਸਾਹਿਬ ਜਾਂਦੇ ਨੇ ਉੱਥੇ ਭਾਈ ਧਰਮਸਾਲਾ ਬਣ ਜਾਂਦੀ ਹੈ। ਧਰਮਸਾਲਾ ਉਸਨੂੰ ਕਿਹਾ ਜਾਂਦਾ ਉੱਥੇ ਰੱਬ ਦੇ ਨਾਮ ਦੀ ਗੱਲ ਹੁੰਦੀ ਹੋਵੇ। ਇਹ ਨਹੀਂ ਵੀ ਉੱਥੇ ਭਾਈ ਧਰਮਸਾਲਾ ਬਣਾਤੀ ਆ, ਉੱਥੇ ਲੱਚੜਤਾਈ ਹੋ ਰਹੀ ਹੈ। ਅੱਗੇ ਧਰਮਸਾਲਾ ਲੰਗਰਾਂ ਵਿੱਚ ਹੁੰਦੀਆਂ ਸੀ, ਅੱਗੇ ਕੋਈ ਸਾਧੂ ਆ ਕੇ ਕੋਈ ਚੱਲਦਾ ਫਿਰਦਾ ਆ ਗਿਆ ਭਾਈ, ਤੁਰ ਕੇ ਜਾਂਦੇ, ਸਾਈਕਲਾਂ 'ਤੇ ਜਾਂਦੇ ਸੀ, ਰਾਤ ਕੱਟਦੇ ਸੀ ਭਾਈ। ਸੋ ਇਹ ਆਪਾਂ ਨੇ ਵਿਚਾਰ ਆਰੰਭਤਾ ਕੀਤੀ ਅਤੇ ਹੋਈਆਂ ਭੁੱਲਾਂ ਦੀ ਕਿਮਾ ਕਰਿਓ। ਸੰਗਤਾਂ ਦੇ ਜੋੜੇ ਸਿਮਰਨਾ ਭਾਵ ਝਾੜੂ ਲਾਉਣਾ, ਬਰਤਨ ਸਾਫ਼ ਕਰਨੇ ਉੱਤਮ ਸੇਵਾ ਸਾਰੀ ਹੈ ਵੈਸੇ ਉੱਤਮ ਨੇ ਭਾਈ। ਸੰਗਤ ਕਰਨੀ ਵੀ ਉੱਤਮ ਹੈ, ਬਾਣੀ ਪੜ੍ਹਨੀ ਵੀ ਉੱਤਮ ਹੈ, ਪਰ ਜਿਹੜੀ ਮਹਾਰਾਜ ਮਹੱਤਤਾ ਦੱਸੀ ਜ਼ਿਆਦੇ ਭਾਈ, ਪੱਖੇ ਦੀ ਸੇਵਾ ਹੁਣ ਤਾਂ ਚਲੋ ਸਮਾਂ ਬਦਲ ਗਿਆ ਹੈ, ਏਸੀ ਹੋ ਗਏ, ਪੱਖੇ ਹੋ ਗਏ, ਹੈ ਨਾ, ਅਤੇ ਝਾੜੂ ਦੀ ਸੇਵਾ ਆਪਣੇ ਲਵੇ ਹੈਗੀ ਹੈ, ਬਰਤਨਾਂ ਦੀ ਸੇਵਾ ਹੈਗੀ ਹੈ, ਜੋੜਿਆਂ ਦੀ ਸੇਵਾ ਹੈਗੀ ਹੈ, ਪ੍ਰਸ਼ਾਦੇ ਵੀ ਹੁਣ ਮਸ਼ੀਨਾਂ ਲੱਗ ਗਈਆਂ ਲਾਉਣ। ਸੋ ਦਿਨ ਪਰ ਦਿਨ ਸਾਡੇ ਤੋਂ ਸੇਵਾਵਾਂ ਇਹ ਮਸ਼ੀਨਰੀ ਜੋ ਕਰਕੇ ਭਾਈ ਘੱਟਦੀਆਂ ਵੀ ਜਾ ਰਹੀਆਂ ਨੇ। ਜੇ ਆਪਾਂ ਸੇਵਾਵਾਂ ਕਰਾਂਗੇ ਤਾਂ ਸਾਡੇ ਪਾਪ ਵੀ ਦੂਰ ਹੋਣਗੇ ਅਤੇ ਦੁੱਖ ਵੀ ਦੂਰ ਹੋਣਗੇ। ਹੋਈਆਂ ਭੁੱਲਾਂ ਦੀ ਖਿਮਾ ਗੁਰੂ ਸਾਹਿਬ ਰਹਿਮਤ ਕਰਨ, ਇਸੇ ਤਰ੍ਹਾਂ ਹੀ ਆਪਣੇ 'ਤੇ ਇਸੇ ਤਰ੍ਹਾਂ ਸੰਗਤ ਕਰਦੇ ਰਹੀਏ, ਸ਼ਬਦ ਦੀ ਵਿਚਾਰ ਨਾਲ ਅਤੇ ਆਦਿ ਵਿਚਾਰ ਨਾਲ ਰਹਿਮਤ ਕਰਨ। ਅੱਗੋਂ ਤੋਂ ਸ਼ੁੱਧਤਾ ਦੀ ਅਰਦਾਸ ਕਰਿਆ ਕਰੋ ਵੀ ਸਾਰੇ ਭਾਈ ਮਾਰ ਕਿਰਪਾ ਕਰਿਓ, ਸਾਡਾ ਗਾਵਿਆ ਸੁਣਿਆ ਸਾਡਾ ਥਾਂ ਪੈ ਜਾਵੇ, ਸਾਡੇ ਹਿਰਦੇ ਵਿੱਚ ਵਸ ਜਾਵੇ। ਹੋਈਆਂ ਭੁੱਲਾਂ ਦੀ ਖਿਮਾ। ਰਾਮ ਕਲੀ ਮਹੱਲਾ ਤੀਜਾ ਆਨੰਦ ਏਕੋ ਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ ਤਾਂ ਪਾਇਆ ਸਾਹਿਬ ਸੇ ਜੀ ਮਨ ਬਜੀਆਂ ਬਾਦਾਂ, ਰਾਗ ਰਤਨ ਪਰਵਾਰ ਪਰੀਆਂ ਸ਼ਬਦ ਕਾ ਬਣ ਆਈਆਂ, ਸ਼ਬਦੋ ਤਾਂ ਕਾਬੋ ਹਰੀ ਜੇਰਾ ਮਨ ਜੀ ਨੀਂ ਬਸਾਇਆ, ਨਾਨਕ ਆਨੰਦ ਹੋਆ ਸਤਿਗੁਰੂ ਹੇ ਮਨ ਦੇਵਿਆ, ਤੂੰ ਸਦਾ ਰਹੋ ਅਰਮਾਨ ਕਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਅੰਗੀਕਾਰਿਓ ਕਰੇ ਤੇਰਾ ਪਾਪ ਸਭ ਸੁਭਾਵ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕੇ ਮਨੋ ਵਿਸਾਰੇ, ਆਹੈ ਨਾਨਕ ਮਨ ਮੇਰੇ ਸਦਾ ਰਹੋ ਅਰਮਾਨ, ਸਾਚੇ ਸਾਹਿਬ ਕਿਆ ਨਾਹੀ ਕਰ ਤੇਰੇ, ਧੰਨਾ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹਾ ਤੇਰੇ ਨਾਮ ਮਨ ਵਸਾਵੇ, ਨਾਮ ਜਿਵਤੈ ਮਨ ਵਸਿਆ ਬਾਕੇ ਸਭ ਦੁਖਨੇ, ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ, ਨਾਮ ਮੇਰਾ ਆਧਾਰ ਸਾਜ ਨਾਮ ਆਧਾਰ, ਮੇਰਾ ਜਿਨ ਭੁੱਖਾਂ ਸਭ ਗਵਾਈ, ਹਰ ਸਾਤ ਰੁਕ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ, ਸਤਿਗੁਰ ਬਾਣੀ ਕੀਤਾ ਗੁਰ ਮਿਟੋ ਜਿਸ ਨੇ ਵਡਿਆ,
ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਤ ਆਧਾਰੋ ਬਾਜੇ ਪੰਚ ਸ਼ਬਦ ਤੁਧਾਰ ਸੁਭਾਗੈ ਕਰ ਸੁਭਾਗੈ ਸ਼ਬਦ ਬਾਜੇ ਕਲਾ ਜਿਤ ਕਰ ਤਾਰੀਆ ਪੰਚ ਦੂਤ ਦੁਧ ਵਾਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਧ ਜਨ ਕੋ ਸੇ ਨਾਮ ਹਰ ਕੈ ਲਾਗੇ ਹੈ ਹੈ ਨਾਨਕ ਤੈ ਸੁਖੋ ਭਰਿਆ ਨਦਵਾਜ ਸੁਣੋ ਬੜ ਭਾਗੀ ਹੋ ਸਗਲ ਮਨੋਰਥ ਪੂਰੇ ਦੰਗਲ ਪਾਇਆ ਤੋਏ ਸਗਲ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਭੇ ਪੂਰੇ ਬੁੱਧ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤਰ ਸਤਿਗੁਰ ਰਹਿਆ ਪਰ ਪੂਰੇ ਜਨਬੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਪੂਰੇ ਸਲੋਕ ਸਭਨ ਗੁਰੂ ਬਾਣੀ ਪਿਤਾ ਮਾਤਾ ਤਰਥ ਮਾਤ ਦਿਵਸ ਰਾਤ ਤੋਇ ਗਾਈ ਦਾਇਆ ਖੇਲੇ ਸਗਲ ਜਾਗਤ ਚੰਗਿਆਈਆਂ ਬੁਰਿਆਈਆਂ ਵਾਤੈ ਧਰਮ ਦੂਰ ਆਪੋ ਆਪਣੀ ਕੇ ਨੇੜੇ ਤੇ ਦੂਰ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਜਲੇ ਕੀਤੀ ਛੁੱਟੀ ਨਾ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ